ਅੱਜ ਅਸੀਂ ਤੁਹਾਨੂੰ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਦੱਸਾਂਗੇ। ਇਸ ਨੁਸਖੇ ਨੂੰ ਸਾਡੇ ਦੱਸੇ ਗਏ ਤਰੀਕੇ ਨਾਲ ਲੈ ਲਓ, ਤੁਹਾਡੇ ਸਰੀਰ ਦੇ 90% ਰੋਗ ਠੀਕ ਹੋ ਜਾਣਗੇ ਅਤੇ ਸਰੀਰ ਵਿੱਚ ਐਨਰਜੀ ਆ ਜਾਵੇਗੀ। ਜੇ ਤੁਹਾਡਾ ਸਰੀਰ ਸਮੇਂ ਤੋਂ ਪਹਿਲਾਂ ਬੁੱਢਾ ਦਿਖਾਈ ਦੇ ਰਿਹਾ ਹੈ, ਚਿਹਰਾ ਬੇਜਾਨ ਅਤੇ ਰੁੱਖਾ ਦਿਖਾਈ ਦਿੰਦਾ ਹੈ, ਜਾਂ ਫਿਰ ਹੱਡੀਆਂ ਦੀ ਕਮਜ਼ੋਰੀ ਦੇ ਕਾਰਨ ਸਰੀਰ ਵਿੱਚ ਦਰਦ ਹੁੰਦਾ ਹੈ, ਜੋੜਾਂ ਵਿੱਚ ਦਰਦ ਹੁੰਦਾ ਹੈ, ਜਾਂ ਫਿਰ ਜੋੜਾਂ ਵਿੱਚ ਗਰੀਸ ਖਤਮ ਹੋ ਗਿਆ ਹੈ, ਇਸ ਤੋਂ ਇਲਾਵਾ ਡਾਇਬਟੀਜ਼ ਦੀ ਸਮੱਸਿਆ ਹੈ ਅਤੇ ਤੁਸੀਂ ਡਾਇਬਟੀਜ਼ ਦੀ ਦਵਾਈ ਲੈਂਦੇ ਹੋ, ਤਾਂ ਇਸ ਨੁਸਖੇ ਨੂੰ ਜ਼ਰੂਰ ਲਓ। ਇਹ ਨੁਸਖਾ ਬਹੁਤ ਹੀ ਜ਼ਿਆਦਾ ਅਸਰਦਾਰ ਹੈ। ਇਸ ਨੁਸਖੇ ਨਾਲ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋ ਜਾਵੇਗੀ ਅਤੇ ਥਾਇਰਾਇਡ ਦੀ ਸਮੱਸਿਆ ਵੀ ਕੰਟਰੋਲ ਰਹੇਗੀ। ਜੇ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਹੈ, ਖੂਨ ਵਿੱਚ ਗੰਦਗੀ ਜਮ੍ਹਾਂ ਹੋ ਗਈ ਹੈ, ਜਾਂ ਫਿਰ ਖੂਨ ਗਾੜਾ ਹੋ ਗਿਆ ਹੈ, ਫਿਰ ਵੀ ਇਹ ਨੁਸਖਾ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਸਿਰਫ ਇਸ ਨੁਸਖੇ ਨੂੰ ਲੈਣ ਦਾ ਸਹੀ ਤਰੀਕਾ ਜਾਣ ਲਓ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਇਹ ਨੁਸਖਾ ਬਣਾਉਣਾ ਕਿਸ ਤਰ੍ਹਾਂ ਹੈ ਅਤੇ ਲੈਣਾ ਕਿਸ ਤਰ੍ਹਾਂ ਹੈ। ਇਸ ਨੁਸਖੇ ਲਈ ਸਭ ਤੋਂ ਪਹਿਲੀ ਚੀਜ਼ ਜੋ ਚਾਹੀਦੀ ਹੈ ਉਹ ਹੈ ਸੌਂਫ। ਇੱਥੇ ਆਪਾਂ 1 ਚਮਚ ਸੌਂਫ ਲਵਾਂਗੇ। ਸੌਂਫ ਸਾਡੀਆਂ ਅੱਖਾਂ ਦੀ ਰੋਸ਼ਨੀ ਵਧਾਉਂਦੀ ਹੈ, ਸਰੀਰ ਨੂੰ ਠੰਡਾ ਰੱਖਦੀ ਹੈ ਅਤੇ ਹਾਜ਼ਮੇ ਨੂੰ ਤੇਜ਼ ਕਰਦੀ ਹੈ। ਹੁਣ ਦੂਜੀ ਚੀਜ਼ ਜੋ ਚਾਹੀਦੀ ਹੈ ਉਹ ਹੈ ਧਨੀਏ ਦੇ ਬੀਜ। ਇੱਥੇ ਆਪਾਂ 2 ਚਮਚ ਧਨੀਏ ਦੇ ਬੀਜ ਲਵਾਂਗੇ। ਇਸ ਧਨੀਏ ਦੇ ਬੀਜਾਂ ਨੂੰ ਥੋੜ੍ਹਾ ਜਿਹਾ ਭੁੰਨ ਲਓ। ਧਨੀਆ ਥਾਇਰਾਇਡ ਦੀ ਬਿਮਾਰੀ ਦੇ ਲਈ 1 ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਕੋਲੈਸਟ੍ਰੋਲ ਵੀ ਕੰਟਰੋਲ ਹੁੰਦਾ ਹੈ। ਹੁਣ ਅਗਲੀ ਚੀਜ਼ ਜੋ ਲੈਣੀ ਹੈ ਉਹ ਹੈ ਧਾਗੇ ਵਾਲੀ ਮਿਸ਼ਰੀ। ਇੱਥੇ ਆਪਾਂ 1 ਚਮਚ ਧਾਗੇ ਵਾਲੀ ਮਿਸ਼ਰੀ ਲਵਾਂਗੇ। ਹੁਣ ਤੁਹਾਨੂੰ ਦੱਸਦੇ ਹਾਂ ਇਹ ਨੁਸਖਾ ਲੈਣਾ ਕਿਸ ਤਰ੍ਹਾਂ ਹੈ। ਇਸ ਨੁਸਖੇ ਦਾ ਸੇਵਨ ਦੁਪਹਿਰ ਦਾ ਖਾਣਾ ਖਾਣ ਤੋਂ 1/2 ਘੰਟਾ ਬਾਅਦ ਕਰਨਾ ਹੈ। ਜੇ ਤੁਸੀਂ ਇਹ ਚੀਜ਼ਾਂ ਚਵਾ ਕੇ ਨਹੀਂ ਖਾ ਸਕਦੇ ਤਾਂ ਤੁਸੀਂ ਇਸਦਾ ਪਾਊਡਰ ਬਣਾ ਕੇ ਵੀ ਲੈ ਸਕਦੇ ਹੋ। ਹੁਣ ਤੁਹਾਨੂੰ ਦੱਸਦੇ ਹਾਂ ਦੂਜੇ ਨੁਸਖੇ ਬਾਰੇ। ਇਸ ਦੇ ਲਈ 8 ਤੋਂ 7 ਮੁਨੱਕੇ ਲਓ। ਇਹਨਾਂ ਮੁਨੱਕਿਆਂ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ, ਫਿਰ ਇਹਨਾਂ ਨੂੰ ਸਵੇਰੇ ਖਾਲੀ ਪੇਟ ਜਾਂ ਫਿਰ ਰਾਤ ਨੂੰ ਦੁੱਧ ਨਾਲ ਸੇਵਨ ਕਰੋ। ਇਸ ਨੁਸਖੇ ਨਾਲ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਬਿਲਕੁਲ ਠੀਕ ਹੋ ਜਾਵੇਗੀ, ਤੁਹਾਡੇ ਸਰੀਰ ਵਿੱਚ ਐਨਰਜੀ ਆ ਜਾਵੇਗੀ ਅਤੇ ਚਿਹਰੇ 'ਤੇ ਗਲੋ ਆ ਜਾਵੇਗਾ, ਚਮੜੀ ਦਾ ਰੁੱਖਾਪਣ ਦੂਰ ਹੋ ਜਾਵੇਗਾ ਅਤੇ ਕੈਲਸ਼ੀਅਮ ਦੀ ਕਮੀ ਵੀ ਪੂਰੀ ਹੋ ਜਾਵੇਗੀ। ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਇਸ ਨੁਸਖੇ ਨਾਲ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ। ਅੱਜ ਅਸੀਂ ਤੁਹਾਨੂੰ 2 ਘਰੇਲੂ ਨੁਸਖੇ ਦੱਸੇ ਹਨ। ਪਹਿਲੇ ਨੁਸਖੇ ਦਾ ਸੇਵਨ ਰੋਜ਼ਾਨਾ ਕਰਨਾ ਹੈ ਅਤੇ ਦੂਸਰੇ ਨੁਸਖੇ ਦਾ ਸੇਵਨ 1 ਦਿਨ ਛੱਡ ਕੇ ਕਰ ਸਕਦੇ ਹੋ। ਇਹ ਦੋਨੋਂ ਨੁਸਖੇ ਬਹੁਤ ਹੀ ਜ਼ਿਆਦਾ ਅਸਰਦਾਰ ਅਤੇ ਨੈਚੁਰਲ ਹਨ। ਉਮੀਦ ਹੈ ਇਹ ਨੁਸਖੇ ਤੁਹਾਡੇ ਲਈ ਫਾਇਦੇਮੰਦ ਹੋਣਗੇ। ਵੀਡੀਓ ਦੇਖਣ ਲਈ ਧੰਨਵਾਦ।